ਕਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦਿਹਾੜੀ ਕਰਨ ਵਾਲਿਆਂ ਲਈ ਬੁਰੀ ਖਬਰ ਹੁਣ ਗਰੀਬ ਬੰਦਾ ਵਿਚਾਰਾ ਰੋਟੀ ਕਿੱਥੋਂ ਖਾਊਗਾ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੂ ਮੰਗਿਆਈ ਵਾਧੀ ਜਾ ਰਹੀ ਹੈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹਨਾਂ ਦੀਆਂ ਕੀਮਤਾਂ ਵਿੱਚ ਹਰ ਰੋਜ਼ ਹੀ ਵਾਅਦਾ ਹੁੰਦਾ ਜਾ ਰਿਹਾ ਜਿਕਰ ਅਕਤੂਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਦੋ ਦਰਜਨ ਤੋਂ ਵੀ ਜ਼ਿਆਦਾ ਵਾਰੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵੱਧ ਚੁੱਕੀਆਂ ਨੇ ਗਰੀਬ ਆਦਮੀ ਦਾ ਜਿਉਣਾ ਮਹਾਲ ਹੋ ਚੁੱਕਾ ਅਜ ਫਿਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਦਾ ਕੀਤਾ ਗਿਆ ਸੋ 35 35 ਪੈਸੇ ਦਾ ਵਾਦਾ ਕੀਤਾ ਗਿਆ ਇਸੇ ਮਹੀਨੇ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਲਗਭਗ 5 ਰੁਪਏ ਤੋਂ ਜ਼ਿਆਦਾ ਵੱਧ ਚੁੱਕੀਆਂ ਨੇ ਪੈਟਰੋਲ ਦੀ ਕੀਮਤ ਹਰ ਪਾਸੇ ਲਗਭਗ 110 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਆ ਤੇ ਡੀਜ਼ਲ ਦੀ ਕੀਮਤ ਵੀ ਪ੍ਰਤੀ ਲੀਟਰ ਲਗਭਗ 100 ਰੁਪਏ ਦੇ ਨੇੜੇ ਤੇੜੇ ਆ ਪੰਜਾਬ ਦੇ ਸ਼ਹਿਰ ਮੋਗਾ ਦੇ ਵਿੱਚ ਪੈਟਰੋਲ 110 ਰੁਪਏ 46 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 100 ਰੁਪਏ 32 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ ਉਤੋਂ ਤਿਹਾੜਾਂ ਦਾ ਸੀਜ਼ਨ ਹੈ ਹਰ ਪਾਸੇ ਖਰਚਾ ਹੀ ਖਰਚਾ ਪਰ ਲੋਕ ਖਰਚਾ ਕਿੱਥੋਂ ਕਰਨ ਮੰਗਿਆਈ ਤਾਂ ਸਾਹ ਨਹੀਂ ਲੈਣ ਦਿੰਦੀ ਜਦੋਂ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧੇ ਹਨ ਤਾਂ ਇਸ ਦਾ ਅਸਰ ਹਰ ਵਸਤੂ ਦੀ ਕੀਮਤ ਉੱਤੇ ਪੈਂਦਾ ਹੈ ਵਸਤੂ ਦੀ ਟੁਆ ਟਵਾਈ ਮਹਿੰਗੀ ਹੋਣ ਦੇ ਨਾਲ ਰੇਟ ਦੇ ਵਿੱਚ ਵਾਧਾ ਹੁੰਦਾ ਜਿਸ ਦਾ ਸਿੱਧਾ ਅਸਰ ਗਾਹਕ ਦੀ ਜੇਬ ਤੇ ਪੈਂਦਾ ਹੈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਬਹੁਤ ਵੱਧ ਚੁੱਕੇ ਨੇ ਜਿਹੜਾ ਗੈਸ ਸਿਲੰਡਰ 450 ਤੋਂ ਵਿੱਚ ਮਿਲਦਾ ਸੀ ਉਹ ਹੁਣ 1000 ਦੇ ਨੇੜੇ ਪਹੁੰਚ ਚੁੱਕਾ ਹੈ ਸਬਸਿਡੀ ਉੱਪਰੋਂ ਬੰਦ ਹੈ ਸੋ ਇਹ ਦੁੱਖਦਾਈ ਖਬਰ ਹੈ ਇੱਕ ਝਟਕਾ ਪੰਜਾਬ ਦੇ ਲੋਕਾਂ ਦੇ ਲਈ ਸੋ ਭਾਰਤ ਦੇ ਲੋਕਾਂ ਦੇ ਲਈ ਮੰਗਾਈ ਵਾਕੀ ਵੱਧ ਰਹੀ ਹੈ ਜਾਨਣਾ ਹੀ ਤੁਸੀਂ ਦੋਸਤੋ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਧੰਨਵਾਦ